ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ। ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। 2024 ਦੇ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹੈ, ਉਸੇ ਤਰ੍ਹਾਂ ਹੀ ਸਿਆਸੀ ਪਾਰਾ ਵੀ ਗਰਮਾ ਰਿਹਾ ਹੈ। ਅਲੱਗ ਅਲੱਗ ਪਾਰਟੀਆਂ ਦੇ ਨੇਤਾ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਆਪਣੇ ਵਰਕਰਾਂ ਨਾਲ ਗੱਲਾਂ ਬਾਤਾਂ ਕਰਕੇ ਲੋਕਾਂ ਨੂੰ ਹੈ ਆਪਣੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਕੜੀ 'ਚ ਅੱਜ ਮੇਰੇ ਨਾਲ ਹਰਿਆਣਾ ਲੋਕ ਹਿੱਤ ਪਾਰਟੀ ਦੇ ਨੇਤਾ ਹਰਮਿੰਦਰ ਸਿੰਘ ਮਰਾੜ ਕਲਾਂ ਵਾਲੀ ਹਲਕੇ ਦੇ ਪਿੰਡ ਛਤਰੀਆਂ ਦੇ ਵਿੱਚ ਪਹੁੰਚੇ ਹੈ ਅਤੇ ਇੱਥੇ ਜਨਸਭਾ ਕਰਕੇ ਲੋਕਾਂ ਨਾਲ ਰੂਬਰੂ ਹੋਏ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਹਰਮਿੰਦਰ ਸਾਹਿਬ ਜੀ, ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਪ੍ਰਚਾਰ ਅਭਿਆਨ ਹੈ, ਜਿਹੜਾ ਪਿਛਲੇ ਕਈ ਦਿਨਾਂ ਤੋਂ ਕਲਾਂ ਵਾਲੀ ਹਲਕਾ ਜਾ ਰਹੇ ਹੋ ਤੁਸੀਂ? ਰੇਸ਼ਮ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਚੈਨਲ ਰਾਹੀਂ ਮੈਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੂਸਰੀ ਗੱਲ ਇਹ ਹੈ ਕਿ ਵੀ ਮੈਨੂੰ ਗੋਪਾਲ ਕਾਂਡਾ ਜੀ ਨੇ ਭੇਜਿਆ ਹੈ ਕਿ ਵੀ ਤੂੰ ਹਰਿਆਣਾ ਲੋਕ ਹਿੱਤ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਦੱਸ, ਹਰਿਆਣਾ ਲੋਕ ਹਿੱਤ ਪਾਰਟੀ ਬਾਰੇ ਜੋ ਜਿੰਨਾ ਵੀ ਜਾਣਕਾਰੀ ਲੋਕਾਂ ਨੂੰ ਦੇ। ਇੱਥੇ ਕਾਲਾਂਵਾਲੀ ਤੋਂ ਹਰਿਆਣਾ ਲੋਕ ਹਿੱਤ ਪਾਰਟੀ ਤੋਂ ਉਹ ਆਪਦਾ ਕੈਂਡੀਡੇਟ ਖੜਾ ਕਰਨਗੇ। ਕੈਂਡੀਡੇਟ ਦਾ ਉਹਨਾਂ ਨੇ ਮੈਨੂੰ 99% ਤਾਂ ਮੈਨੂੰ ਜੈਸ ਕਰੀ ਹੈ ਵੀ ਤੂੰ ਲੋਕਾਂ ਦੇ ਰੂਬਰੂ ਹੋ ਜਾ ਕੇ ਲੋਕਾਂ ਨਾਲ ਵਿਚਾਰ ਸਾਂਝੇ ਕਰ ਵੀ ਅੱਗੇ ਜੇ ਉਹਨਾਂ ਦਾ BJP ਨਾਲ ਸਮਝੌਤਾ ਹੋ ਕੇ ਵੀ ਇਲੈਕਸ਼ਨ ਲੜਿਆ ਜਾਂਦਾ ਅਤੇ ਜੇ ਉਹਨਾਂ ਦੀ ਸਹੀ ਟਿਕਟ ਆਉਂਦੀ ਹੈ ਤਾਂ ਮੈਂ ਦਾਅਵਾ ਕਰਦਾ ਵੀ 1000% ਇਹ ਸੀਟ ਹਰਿਆਣਾ ਲੋਕ ਹਿੱਤ ਪਾਰਟੀ ਜਿੱਤੂਗੀ ਇੱਥੋਂ। ਮਰਾੜ ਸਾਹਿਬ, ਕੀ ਜਿਹੜੇ ਲੋਕਾਂ 'ਚ ਤੁਸੀਂ ਆਪਦਾ ਵਿਜ਼ਨ ਲੈ ਕੇ ਜਾ ਰਹੇ ਹੋ ਵੀ ਜੇ ਸਾਨੂੰ ਟਿਕਟ ਮਿਲਦੀ ਆ ਅਤੇ ਅਸੀਂ ਵਿਧਾਨ ਸਭਾ ਜਾਂਦੇ ਹਾਂ ਅਤੇ ਅਸੀਂ ਆਹ ਕੰਮ ਪਹਿਲ ਦੇ ਆਧਾਰ 'ਤੇ ਕਰਾਂਗੇ, ਕੀ ਮੈਸੇਜ ਦੇ? ਪਹਿਲ ਦੇ ਆਧਾਰ 'ਤੇ ਤਾਂ ਜੀ ਦੇਖੋ, ਮੇਰਾ ਇਹ ਹੈ ਵੀ ਘੱਗਰ ਨਦੀ ਦਾ ਪਾਣੀ ਸਾਡੇ ਇਸ ਪਿੰਡਾਂ 'ਚ ਆ ਜਾਏ, ਸਭ ਤੋਂ ਪਹਿਲਾਂ ਤਾਂ ਮੇਰਾ ਸਟੈਪ ਇਹੀ ਰਹੂਗਾ ਕਿ ਵੀ ਘੱਗਰ ਨਦੀ ਦਾ ਪਾਣੀ ਇਹ ਪਿੰਡਾਂ 'ਚ ਆ ਜਾਏ ਤਾਂ ਸਾਡੇ ਖੇਤ ਖੁਸ਼ਹਾਲ ਹੋਣਗੇ, ਸਾਡੇ ਜ਼ਿਮੀਂਦਾਰ ਖੁਸ਼ਹਾਲ ਹੋਣਗੇ, ਮੇਰੇ ਭਰਾ ਖੁਸ਼ਹਾਲ ਹੋਣਗੇ ਅਤੇ ਜੋ ਖੇਤੀ ਨਾਲ ਸੰਬੰਧ ਰੱਖਦੇ ਆ, ਚਾਹੇ ਉਹ ਮਜ਼ਦੂਰ ਹੈ ਚਾਹੇ ਦਿਹਾੜੀਦਾਰ ਹੈ, ਉਹ ਵੀ ਖੁਸ਼ਹਾਲ ਹੋਣਗੇ ਉਹਦੇ ਨਾਲ। ਔਰ ਦੂਸਰਾ ਕੰਮ, ਨਸ਼ੇ ਇੱਥੇ ਬਹੁਤ ਵੱਧ ਰਿਹਾ। ਕੱਲ੍ਹ ਮੈਂ ਬੱਪਾਂ ਦੇ ਵਿੱਚ ਵੀ ਸ਼ਾਮ ਨੂੰ ਗਿਆ, ਉੱਥੇ ਵੀ ਲੇਡੀ ਜੀ ਨੇ ਕਿਹਾ ਜੀ ਇੱਥੇ ਆਹ ਧਰਮਸ਼ਾਲਾ ਦਾ ਗੇਟ ਲਵਾ ਦਿਓ ਅਤੇ ਇੱਥੇ ਧਰਮਸ਼ਾਲਾ ਦੇ ਵਿੱਚ ਨਾ ਸ਼ਾਮ ਨੂੰ ਚਿੱਟੇ ਵਾਲੇ ਬਹੁਤ ਆਉਂਦੇ ਆ, ਸਾਡੇ ਸਾਹਮਣੇ ਹੀ ਲੋਕ ਚਿੱਟਾ ਲਾਈ ਜਾਂਦੇ ਆ, ਇੱਥੇ ਕੋਈ ਕਾਰਵਾਈ ਨਹੀਂ ਕੋਈ ਕਰਦਾ। ਧਰਮਸ਼ਾਲਾ ਦੇ ਵਿੱਚ 2-3 ਦਫ਼ਤਰ ਖੁੱਲ੍ਹੇ ਹੋਏ ਆ, ਉਹ ਦਫ਼ਤਰ ਤਾਂ ਸ਼ਾਮ ਨੂੰ 5 ਵਜੇ ਬੰਦ ਹੋ ਜਾਂਦੇ ਆ, ਉਸ ਤੋਂ ਬਾਅਦ ਲੋਕ ਉੱਥੇ ਚਿੱਟਾ ਚੁੱਟਾ ਲਾਉਂਦੇ ਆ, ਕਹਿੰਦੇ ਕਾਫੀ ਹੈ। ਚਿੱਟੇ ਬਾਰੇ ਵੀ ਲੋਕਾਂ ਦੇ ਨਾਲ ਸਹਿਚਾਰ ਬਣਾ ਕੇ ਕਮੇਟੀਆਂ ਬਣਾ ਕੇ ਪਿੰਡਾਂ ਦੇ ਵਿੱਚ ਹੈਗੇ ਕਲੱਬ ਵਗੈਰਾ ਬਣੇ ਹੋਏ, ਉਹਨਾਂ ਦੇ ਮੈਂਬਰਾਂ ਪ੍ਰਧਾਨਾਂ ਨਾਲ ਸਲਾਹ ਕਰਕੇ ਕਮੇਟੀ ਬਣਾ ਕੇ ਪਿੰਡ ਦੇ ਵਿੱਚੋਂ ਨਸ਼ਾ ਵੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਨਸ਼ੇ ਦਾ ਕਾਫੀ ਵੱਡਾ ਮੁੱਦਾ ਹੈ, ਤੁਸੀਂ ਰਵੀਦਾਸ ਸਭਾ ਝੋੜਰੋਈ 'ਚ ਵੀ ਪ੍ਰਧਾਨ ਰਹਿੰਦੇ ਹੋਏ ਕਈ ਟੂਰਨਾਮੈਂਟ ਕਰਵਾਏ ਹੈ, ਇੰਨੇ ਮਤਲਬ ਪ੍ਰੋਗਰਾਮ ਕਰਵਾਉਣੇ, ਹਰੇਕ ਪਿੰਡਾਂ 'ਚ ਟੂਰਨਾਮੈਂਟ ਵੀ ਕਰਵਾਉਣੇ, ਕੀ ਲੱਗਦਾ ਕਿੱਥੇ ਕਮੀ ਹੈਗੀ ਜਿਹੜੇ ਨੌਜਵਾਨ ਹੈ ਵੀ ਨਸ਼ੇ ਵਾਲੇ ਪਾਸੇ ਜ਼ਿਆਦਾ ਜਾਈ ਜਾਂਦੇ ਹੈ ਅਤੇ ਕਿਸ ਤਰੀਕੇ ਨਾਲ ਉਹਨਾਂ ਨਾਲ ਨਜਿੱਠੋਗੇ ਤੁਸੀਂ? ਇਸ ਤਰ੍ਹਾਂ ਜੀ, ਅਗਰ ਸਰਕਾਰ ਬੱਚਿਆਂ ਨੂੰ ਖੇਡਾਂ ਵਾਸਤੇ ਸਮਾਨ ਦੇਵੇ, ਪੂਰਾ ਘਰ ਪਿੰਡਾਂ ਦੇ ਵਿੱਚ ਸਟੇਡੀਅਮ ਦੇਵੇ ਅਤੇ ਇੱਥੇ ਇੱਕ ਕੋਚ ਵਗੈਰਾ ਰੱਖਿਆ ਜਾਵੇ ਅਤੇ ਪਿੰਡ ਦੇ ਜਿਹੜੇ ਵੀ ਸੰਸਥਾ ਹੈ, ਕੋਈ ਕਲੱਬ ਹੈ, ਕੋਈ ਸੁਸਾਇਟੀ ਬਣੀ ਹੋਈ ਹੈ, ਕੋਈ ਪੰਚਾਇਤ ਹੈ, ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਪਿੰਡਾਂ 'ਚ ਅਨਾਊਂਸਮੈਂਟ ਕੀਤੀ ਜਾਵੇ ਬੱਚਿਆਂ ਨੂੰ ਉੱਥੇ ਖੇਡਣ ਵਾਸਤੇ ਭੇਜੋ ਅਤੇ ਜਿੰਨੇ ਬੱਚੇ ਸਟੇਡੀਅਮ 'ਚ ਆਉਣਗੇ ਇੱਕ ਦੂਜੇ ਨੂੰ ਦੇਖ ਦੇਖ ਕੇ ਵਧਣਗੇ ਅੱਗੇ ਅਤੇ ਉਹ ਫਿਰ ਹੀ ਇਹ ਹੋ ਸਕਦਾ, ਕਿਉਂਕਿ ਬੱਚਿਆਂ ਨੂੰ ਸਾਧਨ ਤਾਂ ਕੋਈ ਮਿਲਦਾ ਨਹੀਂ, ਨਾ ਕੋਈ ਕਿੱਟ ਮਿਲਦੀ ਹੈ, ਨਾ ਕੋਈ ਖੇਡਣ ਦਾ ਸਮਾਨ ਮਿਲਦਾ, ਆਪਦੇ ਘਰੋਂ ਹੀ ਲਿਆਉਣਾ ਪੈਂਦਾ। ਫਿਰ ਅਗਲਾ ਕਹਿੰਦਾ ਛੱਡ ਯਾਰ ਘਰੇ, ਫਿਰ ਕਹਿ ਦਿੰਦੇ ਵੀ ਅਸੀਂ ਤੇਰੇ ਖੇਡ ਦਾ ਸਮਾਨ ਨਹੀਂ ਦੇਵਾਂਗੇ ਜਾਂ ਤੂੰ ਕੁਛ ਕਰੇਗਾ ਵੀ, ਜੇ ਗੌਰਮੈਂਟ ਦੇਊਗੀ ਇਹਨਾਂ ਨੂੰ ਖੇਡਣ ਦਾ ਸਮਾਨ ਤਾਂ ਬੱਚੇ ਖੇਡ ਸਕਦੇ ਆ, ਤਾਂ ਨਸ਼ੇ ਤੋਂ ਦੂਰ ਹੋ ਸਕਦੇ ਬੱਚੇ। ਇੱਕ ਤੁਸੀਂ ਜਨਸਭਾ ਨੂੰ ਜਦੋਂ ਸੰਬੋਧਨ ਕਰ ਰਹੇ ਸੀ ਕਿਹਾ ਸੀ ਕਿ ਬੱਚਿਆਂ ਨੂੰ ਜਿਹੜੇ ਖਾਸ ਕਰਕੇ ਲਾਇਬ੍ਰੇਰੀ ਐਜੂਕੇਸ਼ਨ ਹੈ, ਆਮ ਦੇਖਦੇ ਹਾਂ ਜਦੋਂ ਰਾਜਨੀਤੀ ਜਦੋਂ ਵੋਟਾਂ ਮੰਗਣ ਆਉਂਦੇ ਆ, ਸਿੱਖਿਆ ਦੀ ਗੱਲ ਨਹੀਂ ਹੁੰਦੀ, ਹੈਲਥ ਦੀ ਗੱਲ ਨਹੀਂ ਹੁੰਦੀ, ਕੀ ਲੱਗਦਾ ਹੈ ਵੀ ਸਭ ਤੋਂ ਪਹਿਲਾਂ ਨਸ਼ੇ ਦੇ ਵੀ ਹੋਰ ਸਾਰੇ ਮੁੱਦਿਆਂ ਤੋਂ ਜ਼ਿਆਦਾ ਅਹਿਮ ਮੁੱਦੇ ਇਹ ਵੀ ਹੈ ਵੀ ਬੱਚਿਆਂ ਨੂੰ ਜਿਹੜਾ ਸਿੱਖਿਆ ਦੇ ਨਾਲ ਵਧੀਆ ਤਰੀਕੇ ਨਾਲ ਤਿਆਰੀ ਕਰਵਾਈ ਜਾਵੇ, ਔਰ ਦੂਜਾ ਜਿਹੜਾ ਸਿਹਤ ਸੇਵਾਵਾਂ ਦੀ ਕੋਈ ਗੱਲ ਨਹੀਂ ਕਰਦਾ? ਦੇਖੋ ਜੀ,
ਪਿੰਡ ਦੇ ਵਿੱਚ ਹੀ ਬਹੁਤ ਵੱਡੀ ਪਾਵਰ ਹੁੰਦੀ ਹੈ। ਹੁਣ ਪਿੰਡਾਂ ਦੇ ਵਿੱਚ ਮੰਦਰ ਗੁਰਦੁਆਰੇ ਬਣਾਉਂਦੇ ਹਾਂ, ਆਪਾਂ ਆਪਦੀ ਜੇਬ 'ਚੋਂ ਬਣਾਉਂਦੇ ਹਾਂ ਨਾ। ਜੇ ਆਪਾਂ ਇੱਕ ਲਾਇਬ੍ਰੇਰੀ ਖੋਲ੍ਹ ਦਈਏ, ਹੁਣ ਸਾਡੇ ਪਿੰਡ ਦੇ ਵਿੱਚ ਇੱਕ ਰਵਿਦਾਸ ਮੰਦਰ ਅਤੇ ਬਾਬਾ ਰਾਮਦੇਵ ਜੀ ਮੰਦਰ ਬਣਿਆ, ਤੁਸੀਂ ਦੇਖੇ ਰੇਸ਼ਮ ਜੀ, ਉੱਥੇ ਇੱਕ ਸਾਲ ਦਾ ਰਿਜ਼ਲਟ ਹੈ ਵੀ 5 ਬੱਚੇ ਉਸ ਲਾਇਬ੍ਰੇਰੀ 'ਚੋਂ, 5 ਬੱਚੇ ਨਿਕਲ ਕੇ ਸਰਕਾਰੀ ਨੌਕਰੀ ਲੱਗੇ ਇੱਕ ਸਾਲ ਦੇ ਰਿਜ਼ਲਟ 'ਚ। ਅਤੇ ਉੱਥੇ ਅਸੀਂ 15 ਸੀਟਾਂ ਹੀ ਲਾਈਆਂ, ਹਜੇ ਛੋਟਾ ਕਮਰਾ ਹੈ, 15 ਸੀਟਾਂ ਹੀ ਲਾਈਆਂ। ਸਾਡੇ ਕੋਲ ਦੂਸਰੇ ਪਿੰਡਾਂ 'ਚੋਂ ਵੀ ਮੈਸੇਜ ਆਉਂਦੇ ਵੀ ਅਸੀਂ ਬੱਚੇ ਐਡਮਿਸ਼ਨ ਕਰਾਉਣਾ ਜੀ ਤੁਹਾਡੀ ਇਸ ਲਾਇਬ੍ਰੇਰੀ 'ਚ। ਅਤੇ ਮੇਰੀ ਸਲਾਹ ਹੈ ਵੀ ਅਗਲੇ ਸਾਲ ਸ਼ਾਇਦ ਅਸੀਂ ਇੱਕ ਵੱਡਾ ਕਮਰਾ ਉੱਥੇ ਹੋਰ ਖਾਲੀ ਕਰ ਦਿਆਂਗੇ, ਉੱਥੇ ਅਸੀਂ ਮਤਲਬ 30-35 ਸੀਟਾਂ ਹੋਰ ਲੱਗ ਜਾਣੀਆਂ। ਕੰਪਿਊਟਰ ਵਗੈਰਾ ਲਾ ਤੇ, ਏਸੀ ਵਗੈਰਾ ਲਾ ਰੱਖਿਆ, ਇੱਕ ਸਾਲ ਦਾ ਰਿਜ਼ਲਟ ਦੱਸਦਾ। ਜੇ ਆਪਾਂ ਪਿੰਡ 'ਚ ਵੀ ਇੱਥੇ ਵੀ ਮੰਨ ਲਓ ਛਤਰੀਆਂ 'ਚ ਹੀ ਕਰਨਾ, ਛਤਰੀਆਂ ਜਿਵੇਂ ਗਊਸ਼ਾਲਾ ਹੈ, ਗਊਸ਼ਾਲਾ 'ਚ ਇੱਕ ਕਮਰਾ ਖੋਲ੍ਹ ਦਈਏ ਅਤੇ ਆਪਾਂ ਸਾਰੇ ਸਹਿਯੋਗ ਕਰ ਦਈਏ, ਅਤੇ ਉੱਥੇ ਏਸੀ ਲੱਗ ਜੇ, ਵਾਈਫਾਈ ਲੱਗ ਜੇ ਅਤੇ ਬੱਚੇ ਪੜ੍ਹਨ। ਹੁਣ ਮੇਰੇ ਪਿੰਡ ਦੇ ਬੱਚੇ ਬੜੇ ਗੁੜੇ ਪੜ੍ਹਨ ਆਉਂਦੇ ਸੀ, ਇੱਕ ਬੱਚਾ ਕਹਿੰਦੇ ਜੀ ਅਸੀਂ 5000 'ਚ ਪੈਂਦਾ ਸੀ ਬੜੇ ਗੁੜੇ ਤੱਕ ਹੀ, ਅਤੇ ਉੱਥੇ ਸਾਰੇ 400 ਰੁਪਈਆ ਲੱਗਦਾ। ਉਹਨਾਂ ਨੇ 400 ਫੀਸ ਰੱਖੀ ਹੈ ਵੀ ਬਿਜਲੀ ਦਾ ਬਿੱਲ ਭਰਿਆ ਜਾਵੇ ਬਸ, ਹੋਰ ਕਮਰੇ ਦਾ ਕੋਈ ਕਿਰਾਇਆ ਨਹੀਂ ਹੈ। ਅਤੇ ਜੇ ਇਸ ਤਰ੍ਹਾਂ ਖੁੱਲ੍ਹ ਜੇ ਪਿੰਡ ਪਿੰਡ ਇਹੋ ਜਿਹੀਆਂ ਲੈਬਾਂ ਖੁੱਲ੍ਹ ਜਾਣ ਅਤੇ ਬੱਚਿਆਂ ਦੀ ਐਜੂਕੇਸ਼ਨ ਬਿਲਕੁਲ 1000% ਮੈਂ ਗਰੰਟੀ ਦਿੰਦਾ ਵੀ ਅੱਗੇ ਆਊਗੀ। ਹਲਕੇ ਦੇ ਵਿੱਚ ਜਾ ਰਹੇ ਹੋ ਕਾਲਿਆਂ ਵਾਲੀ ਦੇ ਪਿੰਡਾਂ 'ਚ, ਵੱਡੀ ਸਮੱਸਿਆ ਕੀ ਹੈ ਅਤੇ ਕਿੰਨਾ ਕੁ ਭਰੋਸਾ ਲੋਕਾਂ ਨੂੰ ਦਿਵਾਉਂਦੇ ਹੋ ਵੀ ਜਿਹੜੀਆਂ ਸਮੱਸਿਆ ਇਲੈਕਸ਼ਨ ਤੋਂ ਪਹਿਲਾਂ ਵੀ ਹੱਲ ਹੋ ਜਾਣਗੀਆਂ ਜਾਂ ਦੁਬਾਰਾ ਸਰਕਾਰ ਬਣ ਗਈ ਹੈ ਤਾਂ ਫਿਰ ਵੀ ਉਹਨਾਂ ਨੂੰ ਤੁਸੀਂ ਪੂਰਾ? ਦੇਖੋ ਜੀ, ਮੈਂ ਤਾਂ ਇਹੀ ਭਰੋਸਾ ਦਿਵਾਉਂਦਾ ਕਿ ਵੀ ਮੇਰੀ ਪਹਿਲੀ ਕੋਸ਼ਿਸ਼ ਹੈ ਵੀ ਹੋ ਸਕਦਾ ਵੀ ਜਿਹੜੀ ਪਾਈਪ ਲਾਈਨ ਮੈਂ ਕਹਿੰਦਾ ਵੀ ਮੱਤੜ ਤੋਂ ਲੈ ਕੇ ਰੋੜੀ ਦੇ ਵਿੱਚ ਦੀ ਹੋ ਕੇ ਉਹ ਸੂਰਤੀ ਵਾਲੇ ਨਾਲੇ 'ਚ ਸਿੱਟੀ ਜਾਵੇ ਤਾਂ ਉਦੋਂ ਪਹਿਲਾਂ ਮਨਜ਼ੂਰੀ ਆ ਜੇ ਅਤੇ ਲੋਕਾਂ ਨੂੰ ਥੋੜ੍ਹਾ ਯਕੀਨ ਹੋ ਜਾਵੇ। ਮੇਰੀ ਕੋਸ਼ਿਸ਼ ਹੈ ਕਿ ਉਦੋਂ ਪਹਿਲਾਂ ਮਨਜ਼ੂਰੀ ਦਵਾ ਦਈਏ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਜੇ ਬਾਅਦ 'ਚ ਜਾਵੇ ਅਤੇ ਉਦੋਂ ਪਹਿਲਾਂ ਨੀਂਹ ਪੱਥਰ ਵਗੈਰਾ ਰੱਖਿਆ ਜਾਵੇ, ਲੋਕਾਂ ਨੂੰ ਥੋੜ੍ਹਾ ਭਰੋਸਾ ਹੋ ਜੂਗਾ ਵੀ ਸਰਕਾਰ ਆਊਗੀ ਤਾਂ ਪਊਗਾ ਅਤੇ 100% ਲੋਕ ਸਰਕਾਰ ਵੀ ਬਣਾਉਣਗੇ। ਲੋਕ ਕਿੰਨਾ ਕੁ ਭਰੋਸਾ? ਬਹੁਤ ਜ਼ਿਆਦਾ ਆ, ਤੁਹਾਡੇ ਸਾਹਮਣੇ ਖੜੇ ਜੀ, ਸਾਰਿਆਂ ਦਾ ਪੁੱਛ ਲਓ। ਮਤਲਬ ਵੀ ਕਹਿਣ ਕਾ ਭਾਵ ਜੇ ਹੈ ਕਿ ਵੀ ਲੋਕਾਂ ਕੋ ਕਾਮ ਹੋਏਗਾ ਤਾਂ ਲੋਕ ਸਾਥ ਜੁੜੇਗੇ। ਅਬ ਜੇ ਆਪ ਲੋਕਾਂ ਸੇ ਪੁੱਛ ਲਓ, ਮੇਰਾ 30-35 ਸਾਲ ਕਾ ਤਜਰਬਾ ਬੜਾ ਗੁੜਾ ਕਾ ਹੈ, ਸਾਰੇ ਲੋਕ ਮੇਰੇ ਪਾਸ ਜਾਤੇ ਤੇ ਮੇਰਾ ਕਾਮ ਕਾ ਤਰੀਕਾ ਸਭ ਕੋ ਪਤਾ ਹੈ, ਸਭ ਕੋ ਮੇਰੇ ਪਿਆਰ ਕਾ ਪਤਾ ਹੈ। ਇਸ ਕਰਕੇ ਮੈਂ ਤੋ ਗਾਮੋ ਮੈਂ ਜਾ ਰਿਹਾ ਹੂੰ, ਮੇਰੇ ਕੋ ਜੈਸੇ ਕੋਈ ਕਹਿ ਰਿਹਾ ਵੀ ਇਹ ਕਾਮ ਹੈ ਮਾਰਾ, ਇਹ ਕਾਮ ਹੈ, ਮੈਂ ਕਿਹਾ ਨਾਲੀ ਗਲੀ ਤੋ ਸਦਾ ਹੀ ਬਣਤੀ ਆਈ ਹੈ, ਮੈਂ 30-35 ਸਾਲ ਨਾਲੀ ਗਲੀ ਬਣਾਤਾ ਰਿਹਾ ਹੂੰ, ਦਫ਼ਤਰ ਮੈਂ ਦੇਖਤਾ ਹੂੰ ਜੋ ਡਿਮਾਂਡ ਆਤੀ ਹੈ ਨਾਲੀ ਗਲੀ ਕੀ ਆਤੀ ਹੈ। ਅਗਰ ਜੇ ਗੱਗਰ ਕਾ ਪਾਣੀ ਇਸ ਏਰੀਏ ਮੇਂ ਆ ਜੇ ਤਾਂ ਸਭਸੇ ਬੜੀ ਉਹ ਗਲੀਓ ਕੀ ਜ਼ਰੂਰਤ ਹੀ ਨਹੀਂ ਹੈ, ਗਲੀ ਆਪਣੇ ਆਪ ਹੀ ਗਾਮ ਕੇ ਲੋਕ ਹੀ ਬਣਾ ਲੇਂਗੇ ਜਬ ਹਮਾਰੇ ਖੇਤ ਖੁਸ਼ਹਾਲ ਹੋਗੇ ਤੋ। ਕੋਸ਼ਿਸ਼ ਹੈ ਵੀ ਨਾਲੀ ਕਾ ਪਾਣੀ ਆ ਜੇ ਬਸ। ਬਿਲਕੁਲ, ਹਾਂਜੀ। ਕੀ ਲੱਗਦਾ ਹੈ ਮਰਾੜ ਸਾਹਿਬ ਆਏ ਹੈ, ਕਿੰਨੀ ਕੁ ਉਮੀਦ ਹੈ ਲੱਗਦਾ ਵੀ ਤੁਹਾਡੇ ਕੰਮ ਕਰਵਾ ਦੇਣਗੇ? ਉਮੀਦ ਬਹੁਤ ਅੱਛੀ ਜੀ, ਅੱਗੇ 35 ਸਾਲ ਰਹੇ ਹੈ, ਕਿਸੇ ਕੋਈ ਜਵਾਬ ਨਹੀਂ ਥਾ ਇਨਕਾ, ਅੱਛੇ ਕੰਮ ਕਰਵਾਏ ਨੇ। ਠੀਕ ਹੈ, ਹਾਂਜੀ। ਵਿਜੇ ਜੀ, ਕੀ ਲੱਗਦਾ ਹੈ ਬਈ ਖਰੇ ਉਤਰਨਗੇ ਤੁਹਾਡੀਆਂ ਉਮੀਦਾਂ ਤੇ? ਬਿਲਕੁਲ ਬਿਲਕੁਲ ਜੀ, ਬਹੁਤ ਬੜੀਆ ਇਨਸਾਨ ਹੈ ਜੀ, ਬਹੁਤ ਅੱਛੇ ਕੰਮ ਕਰੇ ਇਹਨਾਂ ਨੇ ਤੋ। ਗਾਓ ਮੈਂ ਤੋ ਸਾਰਾ ਗਾਮ ਛਤਰੀਆਂ ਗਾਓ ਤੋ ਟੋਟਲ ਟੋਟਲ ਇਨਕੀ ਤਰਫ ਹੀ ਹੈ, ਬਾਕੀ 44 ਗਾਮੋ ਮੈਂ ਇਹਨਾਂ ਨੇ ਸਰਵਿਸ ਕੀ ਹੈ ਬੜਾ ਗੁੜਾ ਬਲੋਕ ਮੈਂ ਕਾਫੀ ਸਾਲ ਤੋ। ਵਹਾਂ ਮੇਰੇ ਕੋ ਲਗਤਾ ਯੇ ਨਿਰਦਲੀਏ ਖੜੇ ਹੋ ਜਾਏ ਫਿਰ ਵੀ ਵਹਾਂ ਸੇ ਹਾਰ ਜਾਏਂਗੇ। ਅੱਛਾ, ਇਨਕਾ ਬਹੁਤ ਕਰੇਜ਼ ਹੈ, ਲੋਕੋ ਕੋ ਅਭੀ ਸੁਬਹ ਹੀ ਬਤਾਇਆ ਥਾ, ਅਬ ਦੇਖੋ ਪੂਰਾ ਕਾ ਪੂਰਾ ਕਾ ਗਾਓ ਬੀਜੇਪੀ ਕਾਲਾਂ ਵਾਲੀ ਸਭੀ ਬੀਜੇਪੀ ਕੇ ਹੈ, ਕਾਂਗਰਸ ਕੇ ਹੈ, ਇਹਨਾਂ ਲੋਕ ਟੋਟਲ ਵਰਗ ਕੇ ਤੇ ਪੂਰਾ ਪੂਰਾ ਗਾਓ ਇਕੱਠਾ ਹੋ ਰਿਹਾ। ਬਹੁਤ ਅੱਛੀ ਇਨਸਾਨ ਹੈ, ਬਹੁਤ ਹੀ ਅੱਛਾ ਕੰਮ ਕਰੇਗਾ, ਉਮੀਦ ਹੈ ਇਨਸੇ ਬਹੁਤ ਜ਼ਿਆਦਾ। ਬਿਲਕੁਲ, ਮਰਾੜ ਸਾਹਿਬ ਨੇ ਕਾਫੀ ਲੰਬੇ ਸਮੇਂ 'ਚ ਜਿਹੜਾ ਇੱਥੇ ਸਰਕਾਰੀ ਨੌਕਰੀ ਕੀਤੀ ਹੈ BDPO ਦਫ਼ਤਰ 'ਚ, ਅਤੇ ਆਪਾਂ ਹੋਰ ਵੀ ਗੱਲਬਾਤ ਕਰ ਲੈਂਦੇ ਹਾਂ ਕਿਉਂਕਿ ਛਤਰੀਆਂ ਪਿੰਡ ਦੀ ਖਾਸੀਅਤ ਇਹ ਰਹੀ ਆ ਬਈ ਜਿਹੜੇ ਪਾਸੇ ਪਿੰਡ ਹੋ ਜੇ ਤਾਂ ਇੱਕ ਪਾਸੇ ਹੀ ਹੋ ਜਾਂਦਾ ਹੈ, ਬਹੁਤ ਵੱਡੇ ਇੱਕ ਹੈਗਾ ਪਿੰਡ ਦਾ। ਕੀ ਕਹਿਣਾ ਚਾਹੋਗੇ, ਕਿਵੇਂ ਲੱਗਦਾ? ਬਹੁਤ ਅੱਛੀ ਬਾਤ ਕਹੀ ਹੈ ਜੀ ਉਹਨਾਂ ਨੇ, ਇਹ ਗੱਗਰ ਨਦੀ ਕਾ ਪਾਣੀ ਆ ਜੇ ਔਰ ਇਹ ਗਾਓਂ ਕੀ ਗਲੀਆਂ ਜੋ ਸਹੀ ਹੋ ਜੇ ਤੋ ਕਿਸਾਨ ਵੀ ਖੁਸ਼ਹਾਲ ਹੋਣਗੇ, ਸਾਰਾ ਬੜੀਆ ਹੋ ਜਾਏਗਾ ਸਿਸਟਮ ਜੀ।
ਲੱਗਦਾ ਨਹੀਂ ਮਰਾੜ ਸਾਹਿਬ ਕਿਤੇ ਦੂਜੇ ਲੀਡਰਾਂ ਵਾਂਗੂ ਕਿਤੇ ਇਕੱਲੇ ਨਹੀਂ 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 ਹਮ ਬੂਰੇ ਸੱਜਣ ਜਾਣਦੇ ਹਾਂ 90 ਕਾਨਮੇ ਸੇ ਜਾਣਦੇ ਹਾਂ ਅੱਛੇ ਕੰਮ ਪਰ ਮਾਦ ਮਿਲਤੇ ਹੈ ਬਲਾਕ ਮੇ ਜਾਤੇ ਤੇ ਅੱਛੇ ਕੰਮ ਕਰਤੇ ਥੇ ਅੱਛੇ ਬੋਲਤੇ ਥੇ ਹੈ ਅੱਛੇ ਆਦਮੀ ਹੈ ਪੂਰੀ ਉਮੀਦ ਹੈ ਵੀ ਜਿੱਤਾਂਗੇ ਜੀ ਠੀਕ ਹੈ ਚਲੋ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਗੱਲਬਾਤ ਕਰਵਾਈ ਹਰਮਿੰਦਰ ਸਿੰਘ ਮਰਾੜ ਜਿਹੜੇ ਕਾਲਾਂ ਵਾਲੀ ਹਲਕਾ ਦੇ ਵਿੱਚ ਲਗਾਤਾਰ ਲੋਕਾਂ ਨਾਲ ਰੂਬਰੂ ਹੋ ਰਹੇ ਹੈ ਇਹਨਾਂ ਦਾ ਦਾਅਵਾ ਹੈਗਾ ਕਿ ਉਹਨਾਂ ਨੇ ਜਿਹੜੀ ਕੋਸ਼ਿਸ਼ ਆ ਉਹ ਹਲਕੇ 'ਚ ਕਰੀ ਜਾਂਦੀ ਹੈ ਔਰ ਪਾਰਟੀ ਹੈ ਉਹਨਾਂ ਨੂੰ ਹਾਈਕਮਾਂਡ ਹੈ ਉਹਨਾਂ ਦੇ ਸਰਵੇ ਦੇ ਅਨੁਸਾਰ ਹੈ ਜੇ ਟਿਕਟ ਦਿੰਦੀ ਹੈ ਤਾਂ ਉਹ ਬਹੁਤ ਭਾਰੀ ਬਹੁਮਤ ਨਾਲ ਜਿੱਤ ਕੇ ਹਰਿਆਣਾ ਲੋਕ ਹਿੱਤ ਪਾਰਟੀ ਵੱਲੋਂ ਚੋਣਾਂ ਲੜਨਗੇ ਔਰ ਆਉਣ ਵਾਲਾ ਸਮਾਂ ਦੱਸਣਾ ਹੈਗਾ ਕਿਸ ਤਰ੍ਹਾਂ ਦੇ ਮਾਹੌਲ ਹੁੰਦੇ ਆ ਕਿਉਂਕਿ ਮੈਦਾਨ ਦੇ ਵਿੱਚ ਬਹੁਤ ਸਾਰੇ ਉਮੀਦਵਾਰ ਆਪਣਾ ਆਪਣਾ ਦਾਅਵਾ ਠੋਕਦੇ ਆ ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤੁਹਾਡਾ ਕੀ ਕਹਿਣਾ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਲਿਓ ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ